ਗੱਜ ਵੱਜ ਕੇ ਤਾਲ ਦਿੱਤੇ ਅਸੀਂ ਤੰਨ ਕਰਕੇ ਹਾਜ਼ਰ ਹਾਂ। ਮਨ ਦੀਆਂ ਹਾਜ਼ਰੀਆਂ ਵੀ ਚਾਨਣ ਲਾਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੁਰਬਾਣੀ ਦੇ ਸ਼ਬਦ ਦਾ ਸਰਵਣ ਕਰੋ।
ऐसे गुरु को पल पल जा।
ਦਾ ਸਮਾਂ ਗੁਰੂਆਂ ਦੇ ਚਰਨਾਂ ਵਿੱਚ ਗੁਰੂਆਂ ਦੇ ਪੁਰਬ ਨੂੰ ਮਨਾਉਂਦਿਆਂ ਹੋਇਆਂ ਬੜੇ ਪਿਆਰ ਦੇ ਨਾਲ ਆਪ ਜੀ ਕੀਰਤਨ ਸਰਵਣ ਕਰ ਰਹੇ ਹਾਂ। ਕਿਉਂਕਿ ਬੱਚਿਆਂ ਦਾ ਜਨਮ ਦਿਨ ਹੋਵੇ ਘਰ ਦੇ ਵਿੱਚ ਤੇ ਸਾਨੂੰ ਬੜਾ ਚਾਅ ਹੁੰਦਾ ਬੱਚੇ ਦਾ ਜਨਮ ਦਿਨ ਹੈ। ਸਾਰਿਆਂ ਨੂੰ ਇਨਵਾਈਟ ਕਰਦੇ ਹਾਂ, ਸਮਾਂ ਕੱਢਦੇ ਹਾਂ, ਫੰਕਸ਼ਨ ਘਰ ਦੇ ਵਿੱਚ ਰੱਖਦੇ ਹਾਂ, ਕਰਾਉਂਦੇ ਹਾਂ, ਬੜੀ ਧੂਮਧਾਮ ਨਾਲ ਬੱਚੇ ਦਾ ਜਨਮ ਦਿਨ ਆਪਾਂ ਕਰਦੇ ਹਾਂ। ਸੋ ਗੁਰੂ ਪਿਆਰਿਓ, ਇਹ ਸਾਡੇ ਪਿਤਾ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਸਾਡੇ ਖਾਤਰ ਸਰਵੰਗ ਸੰਭਾਲ ਦਿੱਤਾ, ਸਿੱਖੀ ਦੀ ਖਾਤਰ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ 'ਚ ਖੜ੍ਹਾ ਕਰ ਦਿੱਤਾ। ਸੋ ਗੁਰੂ ਪਿਆਰਿਓ, ਵੱਡ ਭਾਗੇ ਹੋ ਗਏ ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰੂ ਲਈ ਪਿਆਰ ਹੈ, ਸ਼ਰਧਾ ਹੈ, ਦਇਆ ਹੈ, ਅਤੇ ਸਤਿਗੁਰਾਂ ਦੇ ਘਰ ਦੇ ਵਿੱਚ ਆ ਕਰਕੇ ਉਹਨਾਂ ਦਾ ਪੁਰਬ ਮਨਾ ਰਹੇ ਹੋ, ਵੱਡ ਭਾਗੇ ਹੋ ਗਏ। ਕਿਉਂਕਿ ਸਾਧ ਸੰਗਤ ਅਤੇ ਗੁਰੂ ਦੇ ਚਰਨ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਨੇ। ਸੋ ਵੱਡ ਭਾਗੇ ਹੋ ਗੁਰੂ ਪਿਆਰਿਓ, ਇਹ ਜਿਹੜਾ ਸਮਾਂ ਇਹ ਤੁਹਾਡਾ ਸਮਾਂ ਸਫਲ ਹੈ, ਗੁਰੂ ਚਰਨਾਂ ਦੇ ਵਿੱਚ ਆਪ ਜੀ ਲਤਾ ਕਰਕੇ ਜਾ ਰਹੇ ਹੋ। ਸੋ ਸਤਿਗੁਰੂ ਜੀ